ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਾਅਦਾ ਖਿਲਾਫੀ ਵਤੀਰੇ ਦੇ ਕਾਰਨ ਆਪਣਾ ਰੋਸ ਪ੍ਰਗਟਾਉਂਦਿਆਂ ਯੂਨੀਅਨ ਦੇ ਮੁੱਖ ਦਫ਼ਤਰ ਸੰਗਰੂਰ ਤੋਂ ਰੋਸ ਮਾਰਚ ਕੱਢਿਆ, ਜੋ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚੋਂ ਦੀ ਨਾਅਰੇਬਾਜ਼ੀ ਕਰਦੇ ਲਾਲ ਬੱਤੀ ਚੌਂਕ ਨੇੜੇ ਬੱਸ ਸਟੈਂਡ ਵਿਖੇ ਪਹੁੰਚਿਆ, ਜਿੱਥੇ ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਫੂਡ ਸੈਕਟਰੀ ਕੇਪੀ ਸਿਨਹਾ ਦਾ ਪੁਤਲਾ ਫੂਕ ਪੰਜਾਬ ਸਰਕਾਰ ਦੇ ਖਿਲਾਫ਼ ਆਪਣੀ ਭੜਾਸ ਕੱਢੀ। ਇਸ ਮੌਕੇ ਵੱਖ ਵੱਖ ਆਗੂਆਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕੈਪਟਨ ਸਾਹਿਬ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਪੱਲੇਦਾਰਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਨੇ ਸੀ ਤਾਂ 9 ਸਤੰਬਰ 2016 ਨੂੰ ਹੋਈ ਮੀਟਿੰਗ ਕੌਫੀ ਵਿਦ ਕੈਪਟਨ ਦੌਰਾਨ ਉਨ੍ਹਾਂ ਨੂੰ ਕਿਉਂ ਭਰੋਸਾ ਦਿੱਤਾ ਗਿਆ ਸੀ ਕਿ ਉਹ ਕਾਂਗਰਸ ਦੀ ਸਰਕਾਰ ਬਣਦੇ ਹੀ ਫੂਡ ਏਜੰਸੀਆਂ ਲਈ ਕੰਮ ਕਰਦੇ ਮਜ਼ਦੂਰਾਂ ਨੂੰ ਠੇਕੇਦਾਰੀ ਸਿਸਟਮ ਤੋਂ ਮੁਕਤ ਕਰਾਉਣਗੇ ਅਤੇ 1970 ਮਜ਼ਦੂਰ ਐਕਟ ਨੂੰ ਲਾਗੂ ਕਰਨਗੇ। ਉਨ੍ਹਾਂ ਫੂਡ ਸੈਕਟਰੀ ਕੇਪੀ ਸਿਨਹਾ ਤੇ ਵੀ ਦੋਸ਼ ਲਗਾਇਆ ਕਿ ਇਸ ਵਿਅਕਤੀ ਦੀ ਠੇਕੇਦਾਰਾਂ ਨਾਲ ਮਿਲੀ ਭੁਗਤ ਕਾਰਨ ਗਰੀਬ ਮਜ਼ਦੂਰਾਂ ਦੀ ਰਹਿੰਦੀਆਂ ਬਕਾਇਆ ਪੇਮੈਂਟਾਂ ਅਜੇ ਤੱਕ ਪੈਂਡਿੰਗ ਨੇ। ਉਨ੍ਹਾਂ ਇਸ ਮਾਮਲੇ ਦੀ CBI ਜਾਂਚ ਦੀ ਮੰਗ ਵੀ ਕੀਤੀ। ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਸਾਨੂੰ ਭਰੋਸਾ ਦਿਵਾਉਂਦਾ ਰਿਹਾ ਵੀ ਤੁਹਾਡਾ ਕੰਮ ਕਰਾਂਗੇ। KPS ਸਿਨਹਾ ਉਹਨਾਂ ਨੇ ਵੀ ਸਾਡੀ ਸੈਂਟਰੇਟ ਦੇ ਵਿੱਚ ਸਾਡੀ ਸੂਬਾ ਕਮੇਟੀ ਦੀਆਂ ਕਈ ਮੀਟਿੰਗਾਂ ਹੋਈਆਂ। ਕੈਪਟਨ ਸਾਹਿਬ ਨੇ ਸਾਡੇ ਨਾਲ ਕਮਿਟਮੈਂਟ ਕੀਤੀ ਦੀ ਇੱਥੇ ਵੀ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਸਰਕਾਰ ਬਣਨ 'ਤੇ ਤੁਹਾਡਾ ਠੇਕੇਦਾਰੀ ਸਿਸਟਮ ਹੈ ਜਿਹੜੀ ਇਹ ਪ੍ਰਥਾ ਹੈਗੀ ਤੁਹਾਡੇ ਤੋਂ ਹਟਾ ਦਿੱਤੀ ਜਾਊਗੀ। ਲੇਕਿਨ ਹੋਇਆ ਉਲਟ, ਠੇਕੇਦਾਰੀ ਸਿਸਟਮ ਖਤਮ ਕਰਨ ਦੀ ਬਜਾਏ ਸਟੈਟੀਆਂ ਨੂੰ ਅਲਾਟਮੈਂਟ ਕਰ ਦਿੱਤਾ, ਉਹਦੇ ਵਿੱਚ ਵੀ ਸਾਡਾ ਘਾਣ ਹੈਗਾ, ਰੇਟ ਸਾਡੇ ਅੱਧੇ ਹੋ ਗਏ। ਇੱਥੇ ਦੀਆਂ ਕਾਰਪੋਰੇਟ ਘਰਾਣਿਆਂ ਤੋਂ ਠੇਕੇਦਾਰਾਂ ਤੋਂ ਕਰੋੜਾਂ ਰੁਪਈਆ ਹਜ਼ਮ ਕਰਕੇ ਉਹਨਾਂ ਦੇ ਪੱਖ ਦੀ ਇਹ ਨਵੀਂ ਪਾਲਿਸੀ ਬਣਾ ਦਿੱਤੀ ਹੈ, ਜਿਹਦਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ 4 ਜਥੇਬੰਦੀਆਂ ਪੂਰ ਜ਼ੋਰ ਵਿਰੋਧ ਕਰ ਰਹੇ ਹਾਂ। ਔਰ ਜੇ ਨਾ ਸਾਡੀ ਕੋਈ ਸੁਣਵਾਈ ਹੋਈ ਤਾਂ ਅਸੀਂ ਸਮੇਤ ਬੱਚੇ ਸੜਕਾਂ 'ਤੇ ਉਤਰਾਂਗੇ।